ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ, ਜੈ ਮਸਤਾਂ ਦੀ। ਦੋਸਤੋ, ਅੱਜ ਦੀ ਵੀਡੀਓ ਜੋ ਤੁਹਾਡੀ ਸੇਵਾ 'ਚ ਲੈ ਕੇ ਮੈਂ ਹਾਜ਼ਰ ਹੋਇਆ, ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਜਿਹੜੀ ਘਰ ਦੇ ਵਿੱਚ ਤੁਸੀਂ ਅਗਰਬੱਤੀ ਜਲਾਉਂਦੇ ਹੋ ਜਾਂ ਧੂਫ ਜਲਾਉਂਦੇ ਹੋ, ਜਿਹਨਾਂ ਨੂੰ ਵੀ ਤੁਸੀਂ ਕਿਸੇ ਨੂੰ ਵੀ ਮੰਨਦੇ ਹੋ, ਜਿਹੜੀ ਵੀ ਧੂਫ ਅਗਰਬੱਤੀ ਚਲਾਉਂਦੇ ਹੋ, ਉਸ ਅਗਰਬੱਤੀ ਦੀ ਰਾਖ ਦੇ ਨਾਲ ਤੁਸੀਂ ਘਰ ਦੇ ਉੱਤੇ ਜੋ ਵੀ ਕੀਤਾ ਕਰਾਇਆ ਤੁਹਾਡੇ ਹੋਵੇ ਘਰ ਦੇ ਉੱਤੇ, ਜਾਂ ਕੋਈ ਬੁਰੀ ਸ਼ਕਤੀ ਨੂੰ ਤੁਸੀਂ ਵਾਪਸ ਭੇਜ ਸਕਦੇ ਹੋ, ਉਹਦੇ ਬਾਰੇ ਤੁਹਾਨੂੰ ਅੱਜ ਢਾਲਾ ਦੇਵਾਂਗਾ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਤੁਸੀਂ ਦੇਖ ਲੈਣਾ, ਸੁਣ ਲੈਣਾ, ਕਿਉਂ ਕਰਕੇ ਬਹੁਤ ਵੀਡੀਓ ਅੱਜ ਦੀ ਜ਼ਬਰਦਸਤ ਹੋਣ ਵਾਲੀ ਆ। ਪਹਿਲਾਂ ਤਾਂ ਜਿਹੜੇ ਸਾਡੇ ਚੈਨਲ 'ਤੇ ਨਵੇਂ ਆਏ ਨੇ, ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ, ਘੰਟੀ ਵਾਲੇ ਬਟਨ ਨੂੰ ਦਬਾ ਦਿਓ, ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ। ਹੁਣ ਗੱਲ ਕਰਦੇ ਹਾਂ ਜੀ, ਉਸ ਅਗਰਬੱਤੀ ਦੀ ਰਾਖ ਦੇ ਨਾਲ ਅਸੀਂ ਕਿੱਦਾਂ ਕੀਤਾ ਕਿਰਾਇਆ ਮੋੜ ਸਕਦੇ ਹਾਂ। ਹੁਣ ਮੈਂ ਦੱਸ ਦੇਵਾਂ ਕਿ ਕੋਈ ਅੱਜ ਹਰ ਘਰ ਦੇ ਵਿੱਚ, ਕਿਸੇ ਵੀ ਘਰ, ਕੋਈ ਐਸਾ ਘਰ ਨਹੀਂ ਹੈਗਾ ਜਿਹਨਾਂ ਦੇ ਘਰ ਦੇ ਵਿੱਚ ਧੂਫ ਅਗਰਬੱਤੀ ਨਾ ਹੁੰਦੀ ਹੋਵੇ। ਸਭ ਦੇ ਘਰ ਹੁੰਦੀ ਆ, ਕਿਉਂ ਕਰਕੇ ਜਦੋਂ ਅਸੀਂ ਧੂਫ ਅਗਰਬੱਤੀ ਕਰਦੇ ਹਾਂ, ਇਹਦਾ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਦਾ ਉਹਦੇ 'ਚ ਕਿੰਨੀ ਕੁ ਤਾਕਤ ਆ। ਜਦੋਂ ਅਸੀਂ ਆਪਣੇ ਦੇਵੀ ਦੇਵਤਿਆਂ ਨੂੰ, ਜਿਨ੍ਹਾਂ ਦੀ ਵੀ ਅਸੀਂ ਪੂਜਾ ਕਰਦੇ ਹਾਂ, ਚਾਹੇ ਪੀਰਾਂ ਫਕੀਰਾਂ ਦੀ ਕਰਦੇ ਹਾਂ, ਕਿਸੇ ਵੀ ਕੋਈ ਵੀ ਦੇਵੀ ਦੇਵਤਾ ਹੋ ਸਕਦਾ, ਚਾਹੇ ਮਾਤਾ ਕਾਲੀ ਦੀ ਕਿਉਂ ਨਾ ਹੋਵੇ, ਜਦੋਂ ਅਸੀਂ ਅਗਰਬੱਤੀ ਜਲਾਉਂਦੇ ਹਾਂ, ਉਸ ਅਗਰਬੱਤੀ ਨੂੰ ਅਸੀਂ ਮੁੱਖ ਰੱਖ ਕੇ ਚਲਾਉਂਦੇ ਹਾਂ, ਅਤੇ ਜਿਹੜੀ ਪੂਜਾ ਦੇ ਵਿੱਚ ਵਰਤੀ ਹੋਈ ਚੀਜ਼ ਹੁੰਦੀ ਹੈ, ਉਹ ਚੀਜ਼ ਦਾ ਜਿਹੜਾ ਪ੍ਰਭਾਵ ਆ ਬਹੁਤ ਕੰਮ ਕਰਦਾ ਆ। ਸਾਨੂੰ ਇਹਦੇ ਬਾਰੇ ਨਹੀਂ ਪਤਾ, ਅਸੀਂ ਕੀ ਕਰਦੇ ਹਾਂ, ਉਹ ਜਿਹੜੀ ਰਾਖ ਹੈ ਉਹਨੂੰ ਵੇਸਟ ਕਰ ਦਿੰਦੇ ਹਾਂ, ਸਿੱਟ ਦਿੰਦੇ ਹਾਂ, ਜਲ ਪ੍ਰਵਾਹ ਕਰ ਦਿੰਦੇ ਹਾਂ ਜਾਂ ਕਿਤੇ ਵੀ ਕਰ ਦਿੰਦੇ ਹਾਂ, ਪਰ ਉਹ ਜਿਹੜੀ ਰਾਖ ਹੈ ਇੰਨੇ ਕੰਮ ਦੀ ਚੀਜ਼ ਹੈ, ਇਹਦੇ ਬਾਰੇ ਤੁਹਾਨੂੰ ਇਸ ਚੀਜ਼ ਦਾ ਨਹੀਂ ਪਤਾ। ਅੱਜ ਮੈਂ ਤੁਹਾਨੂੰ ਇਹਦੇ ਬਾਰੇ ਹੀ ਪੂਰਾ ਦੱਸਾਂਗਾ। ਜਦੋਂ ਇਸ ਰਾਖ ਨੂੰ ਆਪਾਂ ਸਾਰਾ ਇਕੱਠਾ ਕਰ ਲੈਣਾ ਚੰਗੀ ਤਰ੍ਹਾਂ, ਇਸ ਰਾਖ ਨੂੰ ਚੰਗੀ ਤਰ੍ਹਾਂ ਇਕੱਠਾ ਕਰਕੇ ਅਸੀਂ ਇਹਨੂੰ ਸੰਭਾਲ ਲੈਣਾ, ਇਹਨੂੰ ਛਾਣ ਲੈਣਾ, ਜਾਂ ਕਿਸੇ ਤਰੀਕੇ ਨਾਲ ਵੀ ਕੱਪੜੇ ਦੇ ਵਿੱਚ ਪਾ ਕੇ ਰੱਖ ਲੈਣਾ, ਇਹਨੂੰ ਸਿੱਟਣਾ ਨਹੀਂ, ਚੰਗੀ ਤਰ੍ਹਾਂ ਸਾਫ਼ ਕਰ ਲੈਣਾ। ਇਹ ਕਿੰਨੇ ਕੁ ਕੰਮ ਆਉਣੀਆਂ ਹੁਣ ਆਪਣੀ। ਹੁਣ ਤੁਸੀਂ ਮੰਨ ਲਓ ਤੁਹਾਡੇ ਘਰ ਦੇ ਉੱਤੇ ਕੋਈ ਚੱਕਰ ਚੱਲ ਗਿਆ, ਤੁਹਾਨੂੰ ਲੱਗਦਾ ਕਿ ਤੁਹਾਡੇ ਘਰ 'ਤੇ ਕੋਈ ਬਾਹਰ ਚੱਲਿਆ, ਜਾਂ ਤੁਹਾਡੇ ਉੱਤੇ ਚੱਲਿਆ ਲਾ ਲਓ, ਠੀਕ ਹੈ, ਪਹਿਲਾਂ ਤੁਹਾਡੇ ਉੱਤੇ ਹੋਏ ਨੇ, ਮੰਨ ਲਓ ਤੁਹਾਡੇ 'ਤੇ ਕੋਈ ਕਿਸੇ ਦੇ ਘਰ ਦੇ ਜੀ ਦੇ ਬਾਹਰ ਚੱਲਿਆ ਹੋਵੇ, ਜਾਂ ਕਿਸੇ ਨੂੰ ਕੋਈ ਨਜ਼ਰ ਲੱਗੀ ਹੋਵੇ, ਜਾਂ ਕੋਈ ਵੀ ਚੱਕਰ ਆ, ਉਹ ਤੁਸੀਂ ਕੀ ਕਰਨਾ, ਪਹਿਲਾਂ ਤਾਂ ਤੁਸੀਂ ਜਿਹੜੀ ਵੀ ਰਾਖ ਹੈ ਉਹਨੂੰ, ਰਾਖ ਨੂੰ ਥੋੜ੍ਹੀ ਜਿਹੀ ਇਕੱਠੀ ਕਰ ਲੈਣਾ, ਥੋੜ੍ਹੀ ਮੁੱਠੀ 'ਚ ਪਾ ਲੈਣੀ ਰਾਖ, ਮੁੱਠੀ 'ਚ ਰਾਖ ਪਾ ਕੇ ਜਿਹਨੂੰ ਵੀ ਤੁਸੀਂ ਮੰਨਦੇ ਹੋ, ਜਿਹੜੇ ਵੀ ਦੇਵੀ ਦੇਵਤੇ ਦੀ ਤੁਸੀਂ ਪੂਜਾ ਕਰਦੇ ਹੋ, ਜਿਹਦੇ ਦਰਬਾਰ ਦੇ ਉੱਤੇ ਜਿਹਦੀ ਤੁਹਾਡੀ ਅਗਰਬੱਤੀ ਚੱਲਦੀ ਹੈ, ਉਹੀ ਦੇਵਤੇ ਦਾ ਤੁਸੀਂ ਨਾਂ ਲੈਣਾ, ਚਾਹੇ ਪੀਰਾਂ ਦੀ ਹੈ, ਚਾਹੇ ਕਿਸੇ ਦੀ ਵੀ ਆ, ਤਾਂ ਕਿ ਉਹਨਾਂ ਨੂੰ ਤੁਸੀਂ ਫਰਿਆਦ ਕਰਨੀ ਆ ਕਿ ਜੋ ਵੀ ਮੇਰੇ ਉੱਤੇ ਨੈਗੇਟਿਵ ਐਨਰਜੀ, ਕੋਈ ਬੁਰੀ ਚੀਜ਼ ਆਈ ਹੋਈ ਹੈ, ਉਹਨੂੰ ਦਾਤਾ ਵਾਪਸ ਭੇਜ ਦੇ ਜਾਂ ਮਾਤਾ ਵਾਪਸ ਭੇਜ ਦੇ। ਤੁਸੀਂ ਕੀ ਕਰਨਾ, ਉਹ ਜਿਹੜੀ ਰਾਖ ਹੈ ਉਹਨੂੰ ਆਪਣੇ ਸਿਰ ਤੋਂ ਪੁੱਠਾ ਘੁਮਾ ਲੈਣਾ, ਸੱਤ ਵਾਰ ਤੁਸੀਂ ਉਸ ਰਾਖ ਨੂੰ ਪੁੱਠਾ ਘੁਮਾ ਲੈਣਾ, ਅਤੇ ਆਪਣੇ ਘਰ ਦੇ ਜਿਹੜੇ ਮੇਨ ਗੇਟ ਦੀ ਦਹਲੀਜ਼ 'ਤੇ ਖੜ੍ਹੇ ਹੋ ਜਾਣਾ। ਗੇਟ 'ਤੇ ਆ ਕੇ ਤੁਸੀਂ ਖੜ੍ਹੇ ਹੋ ਕੇ ਉਹ ਜਿਹੜੀ ਮੁੱਠੀ ਹੈ ਨਾ, ਮੁੱਠੀ ਦਾ ਤੁਸੀਂ ਹੱਥ ਖੋਲ੍ਹ ਕੇ ਉਹਨੂੰ ਫੂਕ ਮਾਰ ਕੇ ਸਾਰਾ ਗਲੀ 'ਚ ਉਡਾ ਦੇਣਾ, ਆਪਣੀ ਘਰ ਦੇ ਬਾਹਰ ਉਡਾ ਦੇਣਾ, ਅਤੇ ਜੋ ਤੁਹਾਡੇ ਉੱਤੇ ਕੋਈ ਵੀ ਚੱਕਰ ਚੱਲਿਆ ਹੋਊਗਾ ਉਹ ਨਾਲ ਹੀ ਲਿਥ ਜੂਗਾ, ਉਤਰ ਜੂਗਾ, ਠੀਕ ਹੈ। ਇਹ ਬਹੁਤ ਅਜਮਾਇਆ ਹੋਇਆ ਸਾਡਾ ਖੁਦ, ਅਸੀਂ ਆਪ ਅਜਮਾਉਂਦੇ ਹਾਂ ਇਸ ਚੀਜ਼ ਨੂੰ, ਉਹਨੂੰ ਤੁਸੀਂ ਇੱਦਾਂ ਨਾ ਸਮਝਿਓ ਕਿ ਅਸੀਂ ਯੂਟਿਊਬ 'ਤੇ ਵਿਊ ਵਧਾਉਣ ਵਾਸਤੇ ਗੱਲ ਕਰ ਰਹੇ ਹਾਂ, ਕਿਹੜੀ ਅਜਮਾ ਕੇ ਦੇਖ ਲਿਓ, ਇਹਦੇ ਨਾਲ ਇੱਦਾਂ ਹੁੰਦਾ ਆ।
ਵਰਤ ਕੇ ਦੇਖਿਓ ਤੁਸੀਂ। ਮੇਰਾ ਤਾਂ ਸਿੱਧਾ ਪ੍ਰੈਕਟੀਕਲ ਕੀਤੇ ਹੁੰਦੇ ਕੰਮਾਂ ਨੂੰ ਮੈਂ ਦਿੰਦਾ ਹੁੰਦਾ, ਮੈਂ ਉੱਦਾਂ ਨਹੀਂ ਕਿਸੇ ਨੂੰ ਕੋਈ ਦਿੰਦਾ। ਹੁਣ ਜੇ ਤੁਸੀਂ ਹੁਣ ਤੁਹਾਨੂੰ ਮੈਂ ਦੂਜੀ ਗੱਲ ਦੱਸਦਾ, ਹੁਣ ਘਰ ਦੇ ਉੱਤੇ ਘਰ ਦੇ ਵੀ ਕੋਈ ਇੱਦਾਂ ਦੀ ਚੱਕਰ ਚੱਲਿਆ ਹੋਵੇ, ਘਰ ਦਾ ਵੀ ਤੁਹਾਨੂੰ ਦੱਸਦਾ, ਇਹਨੂੰ ਇਸ ਰਾਖ ਤੋਂ ਹੀ ਆਪਾਂ ਕੰਮ ਕਰਨਾ, ਠੀਕ ਹੈ। ਇਸ ਰਾਖ ਨੂੰ ਤੁਸੀਂ ਕੀ ਕਰਨਾ, ਪਾਣੀ ਦੇ ਵਿੱਚ ਥੋੜ੍ਹਾ ਜਿਹਾ ਗਲਾਸ ਪਾਣੀ ਲੈ ਲੈਣਾ, ਜਲ ਲੈ ਲੈਣਾ, ਜਲ ਲੈ ਕੇ ਜਿਹੜੀ ਰਾਖ ਆ ਉਹਦੇ ਵਿੱਚ ਪਾ ਲੈਣੀ ਆ ਅਗਰਬੱਤੀ ਦੀ ਜਿਹੜੀ ਰਾਖ, ਉਹੀ ਰਾਖ ਤੁਸੀਂ ਉਹੀ ਅਗਰਬੱਤੀ ਦੀ ਰਾਖ ਨੂੰ ਲੈ ਕੇ ਉਹ ਜਿਹੜਾ ਪਾਣੀ ਆ ਜਲ ਹੈ, ਸਭ ਤੋਂ ਪਹਿਲਾਂ ਤੁਸੀਂ ਆਪਣੇ ਮੰਦਰ 'ਚ ਰੱਖ ਦੇਣਾ, ਆਪਣੇ ਦੇਵੀ ਦੇਵਤਿਆਂ ਦੇ ਰੱਖਣਾ, ਜਿਹੜੇ ਵੀ ਤੁਹਾਡੇ ਦੇਵੀ ਦੇਵਤੇ ਤੁਸੀਂ ਪੂਜਾ ਕਰਦੇ ਹੋ, ਠੀਕ ਹੈ। ਉੱਥੇ ਆਪਣੀ ਅਰਦਾਸ ਬੇਨਤੀ ਲਾ ਦੇਣੀ ਹੈ ਕਿ ਦਾਦਾ ਵੀ ਸਾਡੇ ਘਰ ਦੇ ਵਿੱਚ ਕੋਈ ਐਸੀ ਚੱਕਰ ਚੱਲਿਆ ਹੋਇਆ, ਐਸਾ ਕੋਈ ਚੀਜ਼ ਚੱਲੀ ਹੋਈ ਆ ਜਿਹੜੀ ਸਾਨੂੰ ਪਰੇਸ਼ਾਨ ਕਰਦੀ ਹੈ, ਜਾਂ ਸਾਡੇ ਘਰ 'ਚ ਕੋਈ ਬਰਕਤ ਨਹੀਂ ਪੈਣ ਦਿੰਦੀ, ਕੁਛ ਨਹੀਂ ਹੋਣ ਦਿੰਦੀ, ਅਤੇ ਤੁਸੀਂ ਕੀ ਕਰਨਾ, ਉਹ ਜਿਹੜੀ ਰਾਖ ਜਿਹੜਾ ਪਾਣੀ ਤੁਸੀਂ ਘੋਲੀ ਹੋਊਗੀ ਰਾਖ ਨੂੰ ਸਾਰੇ ਘਰ ਦੇ ਵਿੱਚ ਛਿੱਟਾ ਦੇਣਾ, ਘਰ ਦਾ ਕੋਈ ਨੁੱਕਰ ਨਹੀਂ ਤੁਸੀਂ ਛਿੱਟਣੀ, ਖੂੰਜੀਆਂ ਦੇ ਵਿੱਚ ਖਾਸ ਕਰਕੇ ਛਿੱਟੇ ਦੇਣੇ ਹੈ, ਕਿਉਂ ਕਰਕੇ ਜਿਹੜੀਆਂ ਨੈਗੇਟਿਵ ਐਨਰਜੀਆਂ ਹੁੰਦੀਆਂ ਖੂੰਜੀਆਂ 'ਚ ਲੋਕ ਖੜੀਆਂ ਹੁੰਦੀਆਂ, ਸਾਈਡਾਂ ਦੇ ਖੂੰਜੀਆਂ 'ਚ ਹੁੰਦੀਆਂ, ਉਹਨਾਂ ਦਾ ਕਿਨਾਰਾ ਹੀ ਹੁੰਦਾ ਜਿਹੜਾ ਖੂੰਜੇ 'ਚ ਬਹਿਣਾ, ਇਸ ਕਰਕੇ ਖੂੰਜੀਆਂ 'ਚ ਜ਼ਿਆਦਾ ਦੇਣੀਆਂ, ਉਹ ਘਰ ਦੇ ਜਿੰਨੇ ਵੀ ਘਰ ਦੇ ਤੁਹਾਡੇ ਕਮਰੇ ਉਹਨਾਂ 'ਚ ਚੰਗੀ ਤਰ੍ਹਾਂ ਛਿੱਟਾ ਦੇ ਦੇਣਾ, ਉੱਪਰ ਥੱਲੇ ਬਾਥਰੂਮ ਤੱਕ ਵੀ ਨਹੀਂ ਤੁਸੀਂ ਛੱਡਣੇ ਆਪਣੇ ਸਾਰੇ। ਜਦੋਂ ਤੁਸੀਂ ਛਿੱਟਾ ਦੋਗੇ ਦੇਖਿਓ ਤੁਹਾਡੇ ਘਰ ਦੇ ਉੱਤੇ ਜਿਹੜੀ ਵੀ ਨੈਗੇਟਿਵ ਐਨਰਜੀ ਹੋਏਗੀ ਉਹ ਚਲੀ ਜਾਏਗੀ ਵਾਪਸ, ਰੁਕੇਗੀ ਨਹੀਂ ਉੱਥੇ ਤੁਹਾਡੀ ਤੁਹਾਡੇ ਅਤੇ ਤੁਹਾਡੇ ਜਿਹੜੇ ਘਰ ਦੇ ਦੇਵੀ ਦੇਵਤੇ ਜਿਹਨਾਂ ਦੀ ਤੁਸੀਂ ਪੂਜਾ ਕਰਦੇ ਹੋ ਉਹਨਾਂ ਨੇ ਉਡਾ ਕੇ ਭੇਜ ਦੇਣਾ। ਇਸ ਰਾਖ ਦੇ ਅੱਗੇ ਕ੍ਰਿਸ਼ਮੇ ਆ, ਜੇ ਕਿਸੇ ਬੱਚੇ ਨੂੰ ਨਜ਼ਰ ਲੱਗੀ ਹੋਵੇ ਤਾਂ ਤੁਸੀਂ ਇਸ ਰਾਖ ਨੂੰ ਪੜ੍ਹ ਕੇ ਬੱਚੇ ਦੇ ਮੱਥੇ 'ਤੇ ਲਾ ਦਿਓ, ਜਾਂ ਬੱਚੇ ਨੂੰ ਕੋਈ ਘਰੋਂ ਬਾਹਰ ਲੈ ਕੇ ਜਾਂਦੇ ਉਹੀ ਰਾਖ ਮੱਥੇ 'ਤੇ ਲਾ ਦਿਓ ਤਾਂ ਬੱਚੇ ਨੂੰ ਨਜ਼ਰ ਵੀ ਨਹੀਂ ਲੱਗੇਗੀ। ਇਸ ਰਾਖ ਦੇ ਬਹੁਤ ਸਾਰੇ ਪ੍ਰਯੋਗ ਆ, ਮੈਂ ਫਿਰ ਵੀ ਤੁਹਾਨੂੰ ਫਿਰ ਕਦੀ ਦੱਸਾਂਗਾ, ਇਹ ਫਿਲਹਾਲ ਮੈਂ ਇੰਨੀ ਇਸ ਵੀਡੀਓ ਦੇ ਵਿੱਚ ਇੰਨਾ ਕੀ ਦੱਸਣਾ ਚਾਹੁੰਦਾ ਵੀ ਇਹਦਾ ਜਿਹੜਾ ਮੋੜ ਕਿੱਦਾਂ ਕਰਨਾ ਇਹਦਾ। ਅਤੇ ਇਹੀ ਸਾਡੀ ਵੀਡੀਓ ਅੱਜ ਦੀ ਸੀਗੀ, ਜੇ ਚੰਗੀ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ। ਜੈ ਪੀਰਾਂ ਦੀ, ਜੈ ਮਸਤਾਂ ਦੀ, ਮਾਲਕ ਭਲੀ ਕਰੇ।